ਅੱਜ ਜਿਹੜਾ ਗੁਰੂ ਨਾਨਕ ਦੇਵ ਹੋਸਪਿਟਲ ਨੂੰ ਪ੍ਰੋਪਰ ਤੌਰ 'ਤੇ ਬਾਹਰੋਂ ਅਤੇ ਅੰਦਰੋਂ ਸੈਨੀਟਾਈਜ਼ ਜਿਹੜੀ ਮੁਹਿੰਮ ਆ ਉਹ ਸ਼ੁਰੂ ਕਰ ਦਿੱਤੀ ਹੈ ਸਾਡੇ ਮਾਣਯੋਗ ਚੇਅਰਮੈਨ ਰੋਮਨ ਟਰੱਸਟ ਇਹਨਾਂ ਦੀ ਸਹਿਯੋਗ ਨਾਲ, ਕਿਉਂਕਿ ਵੱਡੀਆਂ ਮਸ਼ੀਨ ਜਿਹੜੀ ਸਭ ਤੋਂ ਇਸ ਵੇਲੇ ਸਾਡੇ ਕੋਲ ਜਿਹੜੀ ਕਿ ਪ੍ਰੋਪਰ ਬਿਲਡਿੰਗ ਤੱਕ ਜਿਹਦਾ ਛਿੜਕਾਅ ਹੋ ਜਾਂਦਾ ਇੱਕ ਸਾਡੇ ਕੋਲ ਉਹ ਇਹਨਾਂ ਕੋਲ ਆ, ਔਰ ਇਹਨਾਂ ਨੂੰ ਰਿਕੁਐਸਟ ਕੀਤੀ ਇਹਨਾਂ ਨੇ ਹੁਣ ਸਾਰਾ ਸਿਸਟਮ ਨੂੰ ਮਾਹੌਲ ਦੇ ਦੇਖਦੇ ਹੋਏ ਦੋ ਬੰਦੇ ਇਹਨਾਂ ਨੇ ਪੱਕੇ ਤੈਨਾਤ ਕਰਤੇ ਆ ਕਿ ਵਾਰੀ ਸਿਰ ਤੁਸੀਂ ਇਹਨਾਂ ਨੂੰ ਸੈਨੀਟਾਈਜ਼ ਕਰਵਾਈ ਜਾਓ। ਨਾਲ ਦੀ ਨਾਲ ਇਹਨਾਂ ਨੇ ਕਿਹਾ ਵੀ ਜਿੰਨਾ ਚਿਰ ਤੁਹਾਨੂੰ ਲੋੜ ਆ, ਇੱਕ ਦਿਨ ਜਾਂ ਦੋ ਦਿਨ ਛੱਡ ਕੇ, ਕਿਉਂਕਿ ਸ਼ਹਿਰ ਦਾ ਕੰਮ ਥੋੜ੍ਹਾ ਜਿਹਾ ਰਹਿ ਗਿਆ, ਸ਼ਹਿਰ ਤਾਂ ਜਦੋਂ ਮੁੱਕ ਜਾਂਦਾ ਤਕਰੀਬਨ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਸੈਨੀਟਾਈਜ਼ ਬਾਹਰੋਂ ਕਿਤੇ ਅੰਦਰੋਂ, ਜਿਹੜਾ ਅੰਦਰੋਂ ਤਾਂ ਲਗਾਤਾਰ ਜਾਰੀ ਰਹੇਗਾ ਪਰ ਬਾਹਰੋਂ ਵੀ ਅਸੀਂ ਕਰਵਾਉਂਦੇ ਰਹਾਂਗੇ। ਸੋ ਹੋਸਪਿਟਲ ਦੇ ਵਿੱਚ ਕੋਈ ਵੀ ਜਿਹੜਾ ਮਰੀਜ਼ ਨੂੰ ਮੁਸ਼ਕਲ ਨਾ ਆਵੇ ਇਸ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਾ ਕੰਮ ਜਿਹੜਾ ਆ ਉਹ ਠੀਕ ਹੋਵੇ। ਪੀਪੀ ਕਿੱਟਸ ਵੀ ਕੱਲ੍ਹ 2000 ਜਿਹੜੀਆਂ ਫੰਡ ਦਿੱਤੇ ਉਹਦੇ 'ਚੋਂ ਆ ਗਈਆਂ ਨੇ, 2500 ਇਹਨਾਂ ਨੂੰ N95 ਮਾਰਕਸ ਆ ਗਏ ਨੇ ਕਰੀਬ, ਔਰ 1200-1400 ਮੇਰਾ ਖਿਆਲ ਅੱਜ ਜਾਂ ਸਵੇਰ ਤੱਕ ਹੋਰ ਪਹੁੰਚ ਜਾਣੀ ਆ। ਅਤੇ ਸੋ ਇਹ ਵੀ ਕਿਸੇ ਚੀਜ਼ ਦੀ ਕਮੀ ਰਹਿਣ ਨਹੀਂ ਦੇਣੀ, ਬਸ ਇੱਕ ਹੀ ਹੈ ਕਿ ਇਹ ਬੇਇਲਾਜ ਬਿਮਾਰੀ ਹੈ, ਕਿਰਪਾ ਕਰਕੇ ਘਰਾਂ 'ਚ ਰਹੋ। ਇੱਥੇ ਆ ਕੇ ਫਿਰ ਲੋਕ ਮੁਸ਼ਕਲ ਦਾ ਸਾਹਮਣਾ ਕਰਦੇ ਆ ਕਿ ਸਾਡਾ ਇਲਾਜ ਨਹੀਂ ਹੋ ਰਿਹਾ, ਕੋਈ ਸਾਨੂੰ ਪੁੱਛਦਾ ਨਹੀਂ, ਕਿਉਂਕਿ ਜਦੋਂ ਜਾਨ ਨਿਕਲਦੀ ਹੈ, ਜਦੋਂ ਫੇਫੜੇ ਸੁੰਗੜਦੇ ਨੇ, ਖਤਮ ਹੁੰਦੇ ਨੇ, ਅਤੇ ਜਿੱਦਾਂ ਬੰਦਾ ਸਾਹ ਘੁੱਟਣਾ ਤੜਫਦਾ ਉਸੇ ਤਰ੍ਹਾਂ ਹੀ ਤੜਫਦਾ ਹੈ। ਫਿਰ ਉਹ ਬੰਦਾ ਚਾਹੁੰਦਾ ਕਿ ਮੇਰੇ ਲਾਗੇ ਕੋਈ ਡਾਕਟਰ ਆ ਕੇ ਮੇਰਾ ਇਲਾਜ ਕਰੇ, ਪਰ ਇਲਾਜ ਇੱਦਾਂ ਨਹੀਂ ਹੈਗਾ। ਜੇ ਇਲਾਜ ਹੁੰਦਾ ਤਾਂ ਅੱਜ ਇਹ ਮਾਹੌਲ ਨਹੀਂ ਬਣਦਾ। ਸੋ ਕਿਰਪਾ ਕਰਕੇ ਸਾਰੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ। ਕਾਫੀ ਜਿਹੜੀ ਰੇਸ਼ੋ ਹੁਣ ਵੱਧਦੀ ਜਾ ਰਹੀ ਹੈ, ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ? ਅੱਜ ਪੰਜਾਬ ਦੇ ਮੁੱਖ ਮੰਤਰੀ ਵੀ ਕਰਨ ਜਾ ਰਹੇ, ਮੀਟਿੰਗ ਕਰਨ ਜਾ ਰਹੇ। ਦੇਖੋ, ਉਹ ਤੁਹਾਨੂੰ ਉਹੀ ਗੱਲ ਦੱਸੀ ਹੈ ਨਾ ਕਿ ਕੰਟਰੋਲ ਤਾਂ ਘਰ 'ਚ ਰਹਿ ਕੇ ਹੋਣਾ। ਜਿੱਦਾਂ ਲਾਗੇ ਤੁਸੀਂ ਸੋਸ਼ਲ ਡਿਸਟੈਂਸ ਮੇਨਟੇਨ ਰੱਖੋ, ਹੱਥ ਵਾਰ ਵਾਰ ਧੋ, ਗਲਤ ਜਗ੍ਹਾ 'ਤੇ ਨਾ ਜਾਓ, ਪਬਲਿਕ ਆਪਣੇ ਆਪ ਨੂੰ ਪੂਰੀ ਅਵੇਅਰ ਤਰੀਕੇ ਦੇ ਨਾਲ ਮੂਵ ਕਰੇ, ਤਦ ਹੀ ਹੋ ਸਕਦਾ। ਅਤੇ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਨਹੀਂ ਰੱਖਾਂਗੇ ਤਾਂ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਆ ਸਮਝਦੇ ਹੋ ਕਿ ਜਿਹੜੇ ਵੀ ਲੋਕ ਨੇ, ਜਿਹੜਾ ਵੀ ਬੰਦਾ ਪੋਜ਼ਿਟਿਵ ਨਿਕਲਦਾ, ਦੂਸਰੇ ਦਿਨ ਤੋਂ ਬਾਅਦ ਉਹਦੀ ਕੈਜੂਅਲਟੀ ਜਿਹੜੀ ਹੈ ਸਭ ਨੂੰ ਹੋ ਰਹੀ ਹੈ, ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਡਾਕਟਰਸ ਵੀ ਕੁਛ ਜਗ੍ਹਾ ਨਹੀਂ? ਕੈਜੂਅਲਟੀ ਇਸ ਕਰਕੇ ਹੋ ਰਹੀ ਮੇਰੇ ਵੀਰ, ਜਿਹੜੇ ਪਹਿਲਾਂ ਤੁਸੀਂ ਵੇਖ ਲਓ ਏਜ ਦਾ ਬੜਾ ਵੱਡਾ ਫੈਕਟਰ ਹੈ। ਦੂਜੀ ਗੱਲ, ਬੰਦਾ ਘਰ ਤੋਂ ਉਦੋਂ ਬਾਹਰ ਨੂੰ ਭੱਜਦਾ ਹੈ ਜਦੋਂ ਉਹਦਾ ਸਾਹ ਬਿਲਕੁਲ ਘੁੱਟਣਾ ਸ਼ੁਰੂ ਹੁੰਦਾ, ਜਦੋਂ ਥਰਡ ਸਟੇਜ 'ਤੇ ਤਕਰੀਬਨ ਚਲੇ ਜਾਂਦਾ ਹੈ, ਫਿਰ ਉਹ ਇਲਾਜ ਭਾਲਦਾ ਹੈ। ਇਲਾਜ ਤੁਸੀਂ ਮੈਨੂੰ ਦੱਸੋ, ਜਦੋਂ ਇੱਕ ਗੱਲ ਸਮਝਣ ਦੀ ਗੱਲ ਕੋਸ਼ਿਸ਼ ਕਰੋ ਵੀ ਇਲਾਜ ਨਹੀਂ ਹੈਗਾ, ਐਂਟੀਬਾਇਓਟਿਕ ਦੇਣੇ ਨੇ, ਐਂਟੀ ਮਲੇਰੀਆ ਦੇ ਦੇਣਗੇ ਜਾਂ ਪੈਰਾਸੀਟਾਮੋਲ ਵਗੈਰਾ ਇਹੋ ਜਿਹੀਆਂ ਗੋਲੀਆਂ ਨੇ, ਹੋਰ ਇੱਥੇ ਕੋਈ ਨਾ ਕੋਈ ਇਹਦਾ ਫਰਕ ਹੈ, ਮਤਲਬ ਇਹਦਾ ਕੋਈ ਇਲਾਜ ਆ ਵੀ ਜਿਹਦੇ ਕਰਕੇ ਆਪਾਂ ਇਹਨਾਂ ਨੂੰ ਕੋਈ ਹੁਣ ਇਸ ਗੱਲ 'ਤੇ ਰੱਖੀ ਵੀ ਤੁਸੀਂ ਇਲਾਜ ਨਹੀਂ ਕੀਤਾ, 3 ਟਾਈਮ ਦਵਾਈ ਦੇਣੀ, ਉਹ ਤੋਂ ਬਾਅਦ ਦਵਾਈ ਵੀ ਨਹੀਂ ਦਿੱਤੀ ਜਾ ਸਕਦੀ, ਅਸਰ ਉਹ ਕਰਦੀ ਨਹੀਂ ਗੀ ਜਿਹਨੂੰ ਕਰੋਨਾ ਵਾਇਰਸ ਹੈ, ਫਿਰ ਉਹਦੀ ਜਾਨ ਨਿਕਲਣੀ ਲਾਜ਼ਮੀ ਆ ਜਿਹੜਾ ਥਰਡ ਕੰਡੀਸ਼ਨ 'ਤੇ ਆਉਂਦਾ। ਦੂਸਰੀ ਗੱਲ, ਜਿਹੜੇ ਵੈਂਟੀਲੇਟਰ ਦੇ ਉੱਤੇ ਵੀ ਆ, ਇਹ ਇੱਕ ਰਿਸਰਚ ਹੋਈ ਹੈ ਜਿਹਨਾਂ ਦੇਸ਼ਾਂ ਦੇ ਵਿੱਚ ਇਹ ਜ਼ਿਆਦਾ ਮਹਾਂਮਾਰੀ ਫੈਲੀ, ਇਟਲੀ ਹੋ ਗਈ, ਸਪੇਨ ਹੋ ਗਈ, ਕਿ ਜਿਹੜੇ ਵੈਂਟੀਲੇਟਰ 'ਤੇ ਵੀ ਜਾਂਦੇ ਆ ਉਹਨਾਂ ਦੇ ਵੀ ਰਿਵਾਈਵ ਨਹੀਂ ਕਰਦੇ, ਉਹ ਵੀ ਜ਼ਿਆਦਾ ਜਿਹੜੇ ਨੇ ਉਹਨਾਂ ਨੂੰ, ਉਹਨਾਂ ਦੀ ਡੈਥ ਹੋਣਾ ਲਾਜ਼ਮੀ ਹੈ। ਤਕਰੀਬਨ ਜਿਹੜੀ ਉੱਥੇ ਆਈ ਹੈ ਰੇਸ਼ੋ, ਉਹ 85 ਤੋਂ ਲੈ ਕੇ 95% ਤੱਕ ਜਿਹੜੇ ਵੈਂਟੀਲੇਟਰ 'ਤੇ ਪਾਏ ਉਹ ਵਾਪਸ ਨਹੀਂ ਮੁੜੇ। ਇੱਕ ਚਾਈਨਾ ਦੀ ਇੱਕ ਹੋਰ ਜਿਹੜੀ ਕਾਨੂੰਨੀ ਹਰਕਤ ਜਿਹੜੀ ਸਾਹਮਣੇ ਆ ਰਹੀ, ਕੈਨੇਡਾ ਦੇ ਵਿੱਚ ਉਹਨਾਂ ਨੇ ਮਾਸਕ ਭੇਜੇ ਸੀਗੇ, ਉਹ ਬਹੁਤ ਮਤਲਬ ਕਿ ਲੋਅ ਕੁਆਲਿਟੀ ਦੇ ਸੀਗੇ, ਜਿਹਦੇ ਕਰਕੇ ਕਾਫੀ ਪ੍ਰੋਬਲਮ ਆ ਰਹੀ। ਕਿਆ ਆਪਣੇ ਮਾਸਕ ਵੀ ਇੰਡੀਆ ਤੋਂ ਹੀ ਆ ਰਹੇ ਨੇ? ਮੇਰਾ ਖਿਆਲ ਹੈ ਜਿਹੜੇ ਚਾਈਨਾ ਨੂੰ ਆ, ਚਾਈਨਾ ਨੂੰ ਤਾਂ UN ਨੂੰ ਇਹਦਾ ਨੋਟਿਸ ਲੈਣਾ ਚਾਹੀਦਾ, ਔਰ ਉਹਨਾਂ ਨੂੰ ਜਿਹੜੀ ਵੀ ਕੋਈ ਬਣਦੀ ਕਾਰਵਾਈ ਕਰਨੀ ਚਾਹੀਦੀ। ਇਸ ਸਮੇਂ ਦੇ ਵਿੱਚ ਗਲਤ ਮਾਲ ਦੇਣਾ, ਗਲਤ ਚੀਜ਼ ਦੇਣਾ ਇਹ ਬਹੁਤ ਮਾੜੀ ਗੱਲ ਹੈ, ਇਹ ਸਿੱਧਾ ਹੀ ਖਿਲਵਾੜ ਹੈ ਇਨਸਾਨਾਂ ਦੇ ਨਾਲ। ਸੋ ਉਹ ਇਹਦਾ ਨੋਟਿਸ UN ਨੂੰ ਲੈਣਾ ਚਾਹੀਦਾ।